हाँ जी, सारे नूं वाहिगुरु जी का खालसा, वाहिगुरु जी की फतेह। मैं सुखवीर सिंह बल, आस्ट्रेलिया दे शहर बैंडीगो तों। सारे वीरां नूं बेनती करदा, वीरां भैणां नूं भरावां नूं जिन्ने भी इत्थे आस्ट्रेलिया दे विच रह रहे आ पंजाबी भाईचारा, खास करके जीरे तों जिहड़े इत्थे रह रहे वीर, उहनां सारे वीरां नूं बेनती आ कि तुहानू पता ही आ कि पंजाब दे विच जिहड़ी जीरे एरिए दे विच मालब्रो शराब फैक्टरी लगी हुई आ, उहने अपने पूरे एरिए दा जिहड़ा पानी खराब कीता, गंदा करता, धरती हेठला पानी, उह सारा तुसीं मसला जानदे आ। उत्थे हुण जिहड़ी पंजाब सरकार आ जां कोर्ट आ, उह सारा उह जिहड़ा फैक्टरी दा मालक आ दीप मल्होत्रा, सारा जिहड़ा ताना बाणा ਉਹਦੀ ਪਿੱਠ ਤੇ ਖੜਾ ਵਾ, ਉਹਦੀ ਫੁੱਲ ਹਮਾਇਤ ਕਰ ਰਿਹਾ ਤੇ ਲੋਕਾਂ ਨੇ ਉੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਤੇ ਉਹ ਜਿਹੜੀ ਫੈਕਟਰੀ ਆ ਉਹ ਬੰਦ ਹੋਣੀ ਚਾਹੀਦੀ ਆ। ਲੋਕ ਬਹੁਤ ਦੁਖੀ ਆ ਉੱਥੇ, ਤੁਸੀਂ ਉਹ ਸਾਰਾ ਕੁਝ ਜਾਣਦੇ ਆ। ਤੇ ਹੁਣ ਉਹ ਧਰਨਾ ਚੁਕਾਉਣ ਵਾਸਤੇ ਪੰਜਾਬ ਸਰਕਾਰ ਪੂਰਾ ਪੱਬਾਂ ਭਾਰ ਜ਼ੋਰ ਲੱਗਾ ਹੋਇਆ ਵਾ, ਲੋਕਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ, ਲੋਕਾਂ ਤੇ ਬਹੁਤ ਅਤਿਆਚਾਰ ਕੀਤਾ ਜਾ ਰਿਹਾ, ਲੋਕਾਂ ਦੇ ਰਸਤੇ ਸਾਰੇ ਚਾਰ ਸਪੇਰੇ ਬੰਦ ਕੀਤੇ ਹੋਏ ਆ, ਲੋਕਾਂ ਦਾ ਜਾਣੀ ਕਿ ਸਾਹ ਬੰਦ ਕੀਤਾ ਹੋਇਆ ਵਾ। ਤੇ ਮੈਂ ਸਾਰੇ ਇੱਥੇ ਆਪਣੇ ਪੰਜਾਬ ਤੋਂ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ 24 ਤਰੀਕ ਦਿਨ ਸ਼ਨੀਵਾਰ 11 ਵਜੇ ਪਲੰਪਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਕਰੇਗੀਵਨ ਗੁਰਦੁਆਰਾ ਸਾਹਿਬ ਤੱਕ ਆਪਾਂ ਰੋਸ ਮਾਰਚ ਕਰਾਂਗੇ। ਇੱਥੋਂ ਆਸਟ੍ਰੇਲੀਆ ਗੌਰਮੈਂਟ ਰਾਹੀਂ ਆਪਾਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਸਾਰੀ ਉਹ ਗੱਲਬਾਤ ਆ ਜਿਹੜੀ ਆਪਣੇ ਪੰਜਾਬ ਦੇ ਵਿੱਚ ਕਿਵੇਂ ਆਪਣੇ ਲੋਕਾਂ ਨਾਲ ਧੱਕਾ ਹੋ ਰਿਹਾ ਵਾ, ਆਪਣਾ ਧਰਤੀ ਹੇਠਲਾ ਪਾਣੀ ਜੋ ਵੀ ਗੰਦਾ ਕੀਤਾ ਜਾ ਰਿਹਾ ਵਾ ਤੇ ਆਪਣੇ ਲੋਕਾਂ ਦੀ ਸਰਵਾਈ ਨਹੀਂ ਕਿਤੇ ਹੋ ਰਹੀ ਗੀ, ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਤੇ ਉਹ ਆਪਾਂ ਆਪਣਾ ਰੋਸ ਇੱਥੋਂ ਆਸਟ੍ਰੇਲੀਆ ਰਾਹੀਂ ਆਪਾਂ ਰੋਸ ਜ਼ਾਹਰ ਕਰਨ ਵਾਸਤੇ ਆਪਾਂ 24 ਤਰੀਕ ਦਿਨ ਸ਼ਨੀਵਾਰ 11 ਵਜੇ ਗੁਰਦੁਆਰਾ ਸਾਹਿਬ ਪਲੰਪਟਨ ਤੋਂ ਲੈ ਕੇ ਕਰੇਗੀਵਨ ਗੁਰਦੁਆਰਾ ਸਾਹਿਬ ਤੱਕ ਆਪਾਂ ਰੋਸ ਮਾਰਚ ਕਰਾਂਗੇ। ਤੇ ਸਾਰੇ ਵੀਰਾਂ ਨੂੰ ਬੇਨਤੀ ਆ ਆਪਣਾ ਫਰਜ਼ ਸਮਝ ਕੇ, ਕਿਉਂਕਿ ਆਪਣਾ ਹੁਣ ਜਿਹੜਾ ਉਹ ਦੀਪ ਮਲਹੋਤਰਾ ਵਾ ਉਹਨੇ ਉਹ ਪੂਰਾ ਆਪਦਾ ਗੁੰਡਿਆਂ ਵਾਲਾ ਰੋਲ ਨਿਭਾ ਰਿਹਾ ਵਾ, ਮਤਲਬ ਉਹਦੀ ਸਰਕਾਰ ਆ, ਉਹ ਆਪਦੀ ਸਰਕਾਰ ਸਮਝੀ ਬੈਠਾ ਕਿ ਮੇਰੀ ਸਰਕਾਰ ਆ, ਤੇ ਉਹ ਪੁਲਿਸ ਨੂੰ ਪੈਸੇ ਦੇ ਕੇ ਲਾ ਲਓ ਜਿਵੇਂ ਵੀ ਲਾ ਲਓ ਖਰੀਦ ਕੇ ਲੋਕਾਂ ਦੇ ਘਰਾਂ ਦੇ ਵਿੱਚ ਧੀਆਂ ਭੈਣਾਂ ਦੀਆਂ ਬੇਇੱਜ਼ਤੀਆਂ ਕਰਵਾ ਰਿਹਾ ਵਾ, ਤੇ ਆਗੂਆਂ ਦੇ ਘਰੇ ਤੁਹਾਨੂੰ ਪਤਾ ਛਾਪੇਮਾਰੀ ਕੀਤੀ ਜਾ ਰਹੀ ਆ। ਤੇ ਆਪਾਂ ਇੱਥੋਂ ਆਪਣਾ ਰੋਸ ਜ਼ਾਹਰ ਕਰਕੇ ਆਪਾਂ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਉਹ ਫੈਕਟਰੀ ਬੰਦ ਕਰਾਉਣੀ ਆ। ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਆਪਣੀ ਹੁਣ ਇੱਜ਼ਤ ਦਾ ਸਵਾਲ ਆ, ਆਪਣਾ ਵੀ ਫਰਜ਼ ਬਣਦਾ, ਆਪਾਂ ਪੰਜਾਬ ਵਾਸਤੇ ਪੰਜਾਬ ਦੇ ਜੰਮੇ ਜਾਏ ਆ, ਤੇ ਆਪਾਂ ਵੱਧ ਤੋਂ ਵੱਧ ਪਹੁੰਚਣਾ। ਸਾਰੇ ਭਰਾਵਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।